लेटेस्ट अपडेट सब तो पहला देखने लाई सब्सक्राइब करो चैनल पंजाब ते प्रेस करो बेल आइकन। ਮੈਨੂੰ ਵਰਗ ਲਾ ਕੇ ਅਗਵਾਹ ਕਰਕੇ ਘਰੋਂ ਲੈ ਗਏ ਸੀ ਤੇ ਮੈਨੂੰ ਕਹਿੰਦੇ ਕਿ ਘਰ ਜਿੰਨਾ ਕਹਿਣਾ ਜਿੰਨਾ ਪੈਸੇ ਆ ਉਹ ਲੈ ਕੇ ਤੂੰ ਆ ਜਾ। ਮੇਰੇ ਸਹੁਰੇ ਪਰਿਵਾਰ ਵਾਲੇ ਮੈਨੂੰ ਮਾਰਦੇ ਕੁੱਟਦੇ ਆ ਜੋ ਕਿ ਸਾਰੀ ਜੋ ਰੀਜ਼ਨ ਹੈਗਾ ਉਹ ਪ੍ਰਤਾਪ ਸਿੰਘ ਤੇ ਮੇਰੀ ਸਹੁਰੀ ਫੈਮਿਲੀ ਮਿਲ ਕੇ ਕਰਦੇ ਪਏ ਆ। ਅਤੇ ਉਹ ਮੇਰੇ ਸਹੁਰੇ ਪਰਿਵਾਰ ਮੈਨੂੰ ਤੰਗ ਕਰਦੇ ਪਏ ਆ ਕਿ ਦਹੇਜ ਦੀ ਮੰਗ ਬਹੁਤ ਜ਼ਿਆਦਾ ਕਰਦੇ ਜੋ ਕਿ ਮੇਰੇ ਪਾਪਾ ਨੇ ਹੱਦ ਤੋਂ ਵੱਧ ਦੇ ਚੁੱਕੇ ਆ। ਉਹ ਕਹਿੰਦੇ ਸਾਨੂੰ ਫੋਰਚੂਨਰ ਗੱਡੀ ਚਾਹੀਦੀ ਆ ਅਤੇ ਮੇਰੇ ਮੰਮਾ ਨੂੰ ਚੂੜੀਆਂ ਨਹੀਂ ਪਾਈਆਂ। ਅੱਜਕੱਲ੍ਹ ਵਿਆਹ ਦੇ ਰਿਸ਼ਤੇ ਇਸ ਕਦਰ ਕਮਜ਼ੋਰ ਹੁੰਦੇ ਜਾ ਰਹੇ ਨੇ ਕਿ ਇਹਨਾਂ ਰਿਸ਼ਤਿਆਂ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲੈ ਕੇ ਤਕਰਾਰਾਂ ਵੱਧ ਜਾਂਦੀਆਂ ਨੇ ਜਾਂ ਫਿਰ ਇਹਨਾਂ ਦਾਜ ਦੇ ਲੋਭੀਆਂ ਵੱਲੋਂ ਕੀਤੀ ਗਈ ਦਾਜ ਦੀ ਮੰਗ ਨੂੰ ਲੈ ਕੇ ਵਿਆਹਤਾ ਦੀਆਂ ਜਾਨਾਂ ਤੱਕ ਲੈ ਲੈਂਦੇ ਨੇ ਜਾਂ ਫਿਰ ਇਹਨਾਂ ਦੀ ਕੁੱਟਮਾਰ ਕਰਕੇ ਇਹਨਾਂ ਨੂੰ ਆਪਣੇ ਘਰੋਂ ਬਾਹਰ ਕਰ ਦਿੱਤਾ ਜਾਂਦਾ। ਦੇਖਿਆ ਜਾਵੇ ਤਾਂ ਮਾਪੇ ਆਪਣੀ ਧੀ ਦਾ ਵਿਆਹ ਬੜੇ ਹੀ ਚਾਵਾਂ ਨਾਲ ਕਰਦੇ ਨੇ ਤੇ ਇੱਥੋਂ ਤੱਕ ਕਿ ਉਹ ਆਪਣੀ ਹੈਸੀਅਤ ਤੋਂ ਵੱਧ ਕੇ ਵਿਆਹ ਵਿੱਚ ਸਭ ਕੁਝ ਕਰਦੇ ਨੇ ਤਾਂ ਜੋ ਉਹਨਾਂ ਦੀ ਲਾਡਲੀ ਧੀ ਸਹੁਰੇ ਘਰ ਜਾ ਕੇ ਖੁਸ਼ੀ ਖੁਸ਼ੀ ਵੱਸ ਸਕੇ। ਪਰ ਇਹਨਾਂ ਮਾਪਿਆਂ ਨੂੰ ਕੀ ਪਤਾ ਹੁੰਦਾ ਹੈ ਕਿ ਕਈ ਸਹੁਰਾ ਪਰਿਵਾਰ ਆਪਣੀ ਹੱਦਾਂ ਤੱਕ ਟੱਪ ਜਾਂਦੇ ਨੇ ਤੇ ਉਹਨਾਂ ਦੀ ਲਾਡਲੀ ਨੂੰ ਇਸ ਕਦਰ ਤੰਗ ਪਰੇਸ਼ਾਨ ਕਰਦੇ ਨੇ ਕਿ ਉਹਨਾਂ ਦੀ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦੇ ਨੇ। ਅਜਿਹਾ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਤੋਂ ਜਿੱਥੋਂ ਦੇ ਸੁਲਤਾਨਵਿੰਡ ਜਸਪਾਲ ਨਗਰ ਵਿੱਚ ਰਹਿਣ ਵਾਲੀ ਵਿਆਹਤਾ ਕੁੜੀ ਨੇ ਆਪਣੇ ਸਹੁਰੇ ਪਰਿਵਾਰ ਤੇ ਦਾਜ ਖਾਤਰ ਕੁੱਟਮਾਰ ਕਰਕੇ ਉਸਨੂੰ ਘਰੋਂ ਬਾਹਰ ਕੱਢਣ ਦੇ ਇਲਜ਼ਾਮ ਲਗਾਏ ਨੇ। ਉੱਥੇ ਹੀ ਪੀੜਤ ਪਰਿਵਾਰ ਨੇ ਵੀ ਇਨਸਾਫ ਦੀ ਗੁਹਾਰ ਲਗਾਈ ਹੈ। ਬਲਵਿੰਦਰ ਸਿੰਘ ਬਿੱਲਾ ਜੀ, ਹਾਂਜੀ, ਕੀ ਕਹਿਣਾ ਚਾਹੁੰਦੇ ਆ? ਮੈਂ ਕਹਿਣਾ ਚਾਹੁੰਦਾ ਹਾਂ ਵੀ ਸਭ ਤੋਂ ਪਹਿਲਾਂ ਤੇ ਮੈਂ ਮੀਡੀਆ ਦੇ ਮਾਧਿਅਮ ਦੇ ਨਾਲ ਇਨਸਾਫ ਦੀ ਗੁਹਾਰ ਲਾਉਣਾ ਵੀ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਪ੍ਰਤਾਪ ਸਿੰਘ ਪੱਕਿਆਂ ਵਾਲੇ ਨੂੰ, ਉਸਦੇ ਬੇਟੇ ਰੂਬਲ ਨੂੰ, ਸ਼ੇਰੂ ਨੂੰ ਅਤੇ ਇੱਕ ਲੜਕੀ ਦੇ ਸਹੁਰੇ ਪਰਿਵਾਰ ਨੂੰ, ਇੰਦਰਜੀਤ ਸਿੰਘ ਨੂੰ, ਅਮਰਜੀਤ ਸਿੰਘ ਨੂੰ, ਉਸਦੀ ਨਨਾਣ ਨੂੰ ਅਤੇ ਹਰਵਿੰਦਰ ਸਿੰਘ ਕੱਥੂ ਨੰਗਲ ਅਤੇ ਉਹਨਾਂ ਦੀ ਵਾਈਫ ਨੂੰ, ਸਵੀਟੀ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਦਹੇਜ ਦੀ ਮੰਗ ਨਾ ਕਰ ਸਕੇ। ਪ੍ਰਤਾਪ ਸਿੰਘ ਪੱਖਿਆਂ ਵਾਲੇ ਦੇ ਕੋਲੋਂ ਜਿਹੜਾ 6 ਲੱਖ ਰੁਪਇਆ ਰਿਕਵਰ ਹੋਣ ਵਾਲਾ ਅਤੇ ਤਕਰੀਬਨ 200 ਗ੍ਰਾਮ ਸੋਨਾ ਰਿਕਵਰ ਹੋਣ ਵਾਲਾ, ਉਸਦੀ ਰਿਕਵਰੀ ਕੀਤੀ ਜਾਵੇ। ਅਤੇ ਜੋ ਅੱਜ ਮੇਰੀ ਬੇਟੀ ਨੇ ਦੱਸਿਆ ਹੈ, ਕਿਉਂਕਿ ਔਰਤ ਜਿਹੜੀ ਹੁੰਦੀ ਹੈ ਜਿੰਨਾ ਚਿਰ ਚੁੱਪ ਹੁੰਦੀ ਹੈ ਉਹਨਾਂ ਚਿਰ ਹੀ ਸਬਰ ਦਾ ਰੂਪ ਰੱਖਦੀ ਹੈ। ਜਦੋਂ ਬੋਲਣ 'ਤੇ ਆਵੇ, ਸੱਚ ਬੋਲਣ 'ਤੇ ਆਵੇ, ਉਦੋਂ ਕ੍ਰਾਂਤੀ ਦਾ ਰੂਪ ਧਾਰਨ ਕਰਦੀ ਹੈ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ SP ਵਾਲੀਆ ਜੀ ਨੂੰ ਵੀ ਕਿ ਕਿਰਪਾ ਕਰਕੇ ਜਿਹੜੀ ਇਨਕੁਆਇਰੀ ਮਾਰਕ ਹੋਈ ਹੈ ਉਹਦੇ ਵਿੱਚ ਮੇਰੀ ਬੇਟੀ ਅਤੇ ਮੇਰੇ ਪਰਿਵਾਰ ਦੇ ਬਿਆਨਾਂ ਦੀ ਪੁਸ਼ਟੀ ਕੀਤੀ ਜਾਵੇ। ਬਗੈਰ ਪੁਸ਼ਟੀ ਤੋਂ ਜੇ ਕੋਈ ਵੀ ਪੁਲਿਸ ਪ੍ਰਸ਼ਾਸਨ ਨੇ ਕਦਮ ਚੁੱਕਿਆ ਤਾਂ ਮੈਂ ਹਾਈਕੋਰਟ ਤੋਂ ਲੈ ਕੇ CM ਸਾਹਿਬ ਤੱਕ, ਪ੍ਰਧਾਨ ਮੰਤਰੀ ਤੱਕ ਆਪਣੀ ਬੇਟੀ ਨੂੰ ਲੈ ਕੇ ਜਾਵਾਂਗਾ। ਅਤੇ ਮੈਂ ਇਹੀ ਮੰਗ ਕਰਦਾ ਕਿ ਜਲਦ ਤੋਂ ਜਲਦ ਗ੍ਰਿਫਤਾਰੀ ਕੀਤੀ ਜਾਵੇ ਅਤੇ ਜਿਹੜੀਆਂ ਪਹਿਲੀ FI ਨੰਬਰ 0075 ਹੈ ਜਿਹੜੀ ਪ੍ਰਤਾਪ ਸਿੰਘ ਦੇ ਪਰਿਵਾਰ 'ਤੇ ਦਰਜ ਹੈ ਉਸਦੇ ਉਹਨਾਂ ਦੀਆਂ ਜ਼ਮਾਨਤਾਂ ਰਿਜੈਕਟ ਕਰਕੇ ਅਤੇ 6 ਲੱਖ ਅਤੇ ਬਾਕੀ ਗਹਿਣੇ ਦੀ ਬਰਾਮਦੀ ਕੀਤੀ ਜਾਵੇ। ਮੈਂ ਇਹੀ ਕਹਿਣਾ ਚਾਹੁੰਦਾ ਕਿ ਧੀਆਂ ਨੂੰ ਜਿਹੜਾ ਵੀ ਤੰਗ ਕਰਦਾ ਹੈ ਉਸਨੂੰ ਸਜ਼ਾ ਕਰਾਉਣ ਦੇ ਵਿੱਚ ਹਰ ਧੀ ਨੂੰ ਅੱਗੇ ਆਉਣਾ ਚਾਹੀਦਾ ਹੈ। ਜੇ ਮੂੰਹ ਬੰਦ ਰੱਖ ਕੇ ਧੀਆਂ ਆਪਣੇ ਆਪ ਨੂੰ ਫਾਹ ਲੈਂਦੀਆਂ ਨੇ ਤਾਂ ਉਹ ਕਾਇਰ ਹੁੰਦੀਆਂ ਨੇ। ਮੈਂ ਕੋਮਲਪ੍ਰੀਤ ਆਪਣੀ ਬੇਟੀ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਉਸਨੇ ਅੱਜ ਸੱਚ ਮੀਡੀਆ ਦੇ ਸਾਹਮਣੇ ਕੀਤਾ ਅਤੇ ਮੀਡੀਆ ਦਾ ਵੀ ਧੰਨਵਾਦ ਕਰਦਾ ਹਾਂ। ਧੰਨਵਾਦ ਜੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਕੋਮਲਪ੍ਰੀਤ ਕੌਰ। ਹਾਂਜੀ, ਕੀ ਮਾਮਲਾ? ਮੇਰੇ ਮੰਮਾ ਵੱਲੋਂ ਪ੍ਰਤਾਪ ਸਿੰਘ ਅਤੇ ਉਹਨਾਂ ਦੀ ਪੂਰੀ ਫੈਮਿਲੀ ਉੱਪਰ FIR ਦਰਜ ਆ ਅਤੇ ਉਹ ਚਾਹੁੰਦੇ ਆ ਕਿ ਮੇਰੀ ਜੋ FIR 'ਚ ਮੇਰੀ ਮੇਨ ਗਵਾਹੀ ਹੈਗੀ ਆ ਅਤੇ ਉਹ ਚਾਹੁੰਦੇ ਆ ਮੇਰੇ ਮਰਨ ਦੇ ਨਾਲ ਮੇਰੀ ਗਵਾਹੀ ਵੀ ਖਤਮ ਹੋ ਜਾਵੇ। ਕਿਸ ਚੀਜ਼ ਦੀ ਗਵਾਹੀ ਹੈ? ਪ੍ਰਤਾਪ ਸਿੰਘ, ਉਹਨਾਂ ਦੀ ਪੂਰੀ ਫੈਮਿਲੀ, ਸ਼ੇਰੂ, ਵੱਡਾ ਬੇਟਾ ਸ਼ੇਰੂ, ਛੋਟਾ ਬੇਟਾ ਰੂਬਲ, ਉਹਨਾਂ ਦੇ ਵੱਡੇ ਬੇਟੀ ਦੀ ਵਾਈਫ ਪ੍ਰਤਾਪ ਸਿੰਘ ਦੀ ਵਾਈਫ ਅਤੇ ਉਹਨਾਂ ਦੀ ਬੇਟੀ ਮੁੰਨਾ ਅਤੇ ਉਹਨਾਂ ਦੇ ਜੋ ਹਸਬੈਂਡ ਹੈਗੇ ਆ ਉਹ ਮੈਨੂੰ ਵਰਗ ਲਾ ਕੇ ਅਗਵਾਹ ਕਰਕੇ ਘਰੋਂ ਲੈ ਗਏ ਸੀ ਅਤੇ ਮੈਨੂੰ ਕਹਿੰਦੇ ਕਿ ਘਰ ਜਿੰਨਾ ਗਹਿਣਾ ਜਿੰਨਾ ਪੈਸੇ ਆ ਉਹ ਲੈ ਕੇ ਤੂੰ ਆ ਜਾ। ਅਤੇ ਮੈਂ ਉਦੋਂ ਕਨਫਿਊਜ਼ ਸੀ, ਮੈਨੂੰ ਨਹੀਂ ਪਤਾ ਮੈਂ ਕੀ ਕਰਨਾ। ਅਤੇ ਮੈਨੂੰ ਕਹਿੰਦੇ ਮੈਨੂੰ 2-3 ਘੰਟੇ ਉਹਨਾਂ ਨੇ ਗੱਡੀ 'ਚ ਬਿਠਾ ਕੇ ਰੱਖਿਆ ਅਤੇ ਗੱਡੀ ਘੁੰਮਾਉਂਦੇ ਰਹੇ ਅਤੇ ਉਸ ਟਾਈਮ ਪ੍ਰਤਾਪ ਸਿੰਘ ਇੱਥੇ ਅੰਮ੍ਰਿਤਸਰ ਸੀ ਕਿਉਂਕਿ ਉਹ ਦੁਪਹਿਰ ਦਾ ਵੇਲਾ ਸੀ ਤਾਂ ਉਹਨਾਂ ਨੇ ਉੱਥੇ ਕਿਹਾ ਪੁਲਿਸ ਸਟੇਸ਼ਨ ਦਿੱਤਾ ਕਿ ਉਹ ਇੱਥੇ ਨਹੀਂ ਸੀ, ਦਿੱਲੀ ਸੀ। ਬਟ ਉਸ ਟਾਈਮ ਉਹ ਮੇਰੇ ਗੱਡੀ ਦੇ ਅੰਦਰ
ਬੈਠੇ ਹੋਏ ਸੀ, ਦੁਪਹਿਰ ਦਾ ਵੇਲਾ ਸੀ, ਉਹਨਾਂ ਨੇ ਰਿਪੋਰਟ ਦਰਜ ਕਰਵਾਈ ਕਿ ਉਹ 11 ਵਜੇ ਉੱਥੇ ਸੀ ਏਅਰਪੋਰਟ 'ਚ ਦਿੱਲੀ, ਬਟ ਉਹ ਟਾਈਮ ਸੀ 3:30 ਵਜੇ ਦਾ। ਫਿਰ ਕੀ ਹੋਇਆ? ਉਹਨਾਂ ਨੇ ਮੈਨੂੰ ਫਰਕ ਲਾ ਕੇ ਲੈ ਗਏ ਸੀ, ਅਤੇ ਉਹ ਮੈਨੂੰ ਕਹਿ ਧਮਕੀਆਂ ਲਾਉਂਦੇ ਸੀ ਕਿ ਮੈਂ ਤੇਰੇ ਮੰਮਾ ਪਾਪਾ ਨੂੰ ਮਾਰ ਦੇਣਾ, ਤੇਰੀ ਸਾਰੀ ਫੈਮਿਲੀ ਨੂੰ ਮਾਰ ਦੇਣਾ, ਉਹਨਾਂ ਨੂੰ ਜੇਲ੍ਹ ਕਰਾ ਦੇਣਾ। ਜਿਹੜੇ ਤੁਸੀਂ ਬਿਆਨ ਦਿੱਤੇ ਦਬਾਅ ਦੇ ਵਿੱਚ ਦਿੱਤੇ ਸੀ? ਕਿੰਨੇ ਦਿਨ ਦਬਾਇਆ ਸੀ? ਹਾਂਜੀ, ਦਬਾਅ 'ਚ ਦਿੱਤੇ ਸੀ, ਅਤੇ ਮੈਂ ਚਾਹੁੰਦੀ ਹਾਂ ਕਿ ਮੇਰੀ ਗਵਾਹੀ ਫਿਰ ਤੋਂ ਹੋਵੇ, ਮੇਰੇ ਬਿਆਨ ਫਿਰ ਤੋਂ ਹੋਣ ਸਾਰੇ। ਅਤੇ ਸਹੁਰੇ ਪਰਿਵਾਰ ਨਾਲ ਕੀ ਉਮਰ? ਮੇਰੇ ਸਹੁਰੇ ਪਰਿਵਾਰ ਵਾਲੇ ਮੈਨੂੰ ਮਾਰਦੇ ਕੁੱਟਦੇ ਆ, ਜੋ ਕਿ ਸਾਰਾ ਸਾਰੀ ਜੋ ਰੀਜ਼ਨ ਹੈਗਾ ਉਹ ਪ੍ਰਤਾਪ ਸਿੰਘ ਅਤੇ ਮੇਰੀ ਸਹੁਰੀ ਫੈਮਿਲੀ ਮਿਲ ਕੇ ਕਰਦੇ ਪਏ ਆ। ਪ੍ਰਤਾਪ ਸਿੰਘ ਕੀ ਕਹਿੰਦਾ ਸਹੁਰੇ ਪਰਿਵਾਰ? ਕਹਿੰਦੇ ਆ ਕਿ ਇਹਨੂੰ ਮਾਰੋ ਕੁੱਟੋ ਜਿਸ ਨਾਲ ਮਰ ਜੇ, ਅਤੇ ਉਹ ਮੇਰੇ ਸਹੁਰੇ ਪਰਿਵਾਰ ਮੈਨੂੰ ਤੰਗ ਕਰਦੇ ਪਏ ਆ ਕਿ ਦਹੇਜ ਦੀ ਮੰਗ ਬਹੁਤ ਜ਼ਿਆਦਾ ਕਰਦੇ ਪਏ, ਜੋ ਕਿ ਮੇਰੇ ਪਾਪਾ ਨੇ ਹੱਦ ਤੋਂ ਵੱਧ ਦੇ ਚੁੱਕੇ ਆ। ਉਹ ਕਹਿੰਦੇ ਸਾਨੂੰ ਫੋਰਚੂਨਰ ਗੱਡੀ ਚਾਹੀਦੀ ਆ, ਅਤੇ ਮੇਰੇ ਮੰਮਾ ਨੂੰ ਚੂੜੀਆਂ ਨਹੀਂ ਪਾਈਆਂ, ਅਤੇ ਕਾਫੀ ਚੀਜ਼ਾਂ ਹੋਰ ਕਹਿੰਦੇ ਪਏ ਆ। ਸਹੁਰੇ ਪਰਿਵਾਰ 'ਚੋਂ ਮੈਨੂੰ ਮੇਰੀ ਸੱਸ, ਮੇਰੇ ਸਹੁਰਾ, ਮੇਰੇ ਹਸਬੈਂਡ, ਮੇਰੇ ਹਸਬੈਂਡ ਨਾਮ ਇੰਦਰਜੀਤ ਸਿੰਘ, ਸਹੁਰੇ ਦਾ ਸਹੁਰੇ ਦਾ ਨੇਮ ਅਮਰਜੀਤ ਸਿੰਘ, ਗੀਤਾ ਰਾਣੀ ਮੇਰੀ ਸੱਸ, ਮੇਰੇ ਨਾਨ ਮੁਸਕਾਨ, ਮੇਰੇ ਫੁੱਫੜ ਜੀ ਹਰਵਿੰਦਰ ਸਿੰਘ, ਉਹਨਾਂ ਦੀ ਵਾਈਫ ਸਵੀਟੀ, ਅਤੇ ਪ੍ਰਤਾਪ ਸਿੰਘ, ਉਹਨਾਂ ਦਾ ਵੱਡਾ ਬੇਟਾ ਸ਼ੇਰੂ ਅਤੇ ਰੂਬਨ। ਜਦੋਂ ਮੈਂ ਪ੍ਰੈਗਨੈਂਟ ਸੀ 10ਵੇਂ ਮਹੀਨੇ, ਉਦੋਂ ਮੈਨੂੰ ਇਹਨਾਂ ਨੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ, ਉਦੋਂ ਵੀ ਐਸੀ ਗੱਲ ਤੋਂ ਕਰਦੇ ਸੀ ਕਿ 12ਵੇਂ ਮਹੀਨੇ ਕੀ ਕੀਤਾ ਉਹਨਾਂ ਨੇ ਤੰਗ ਪਰੇਸ਼ਾਨ ਕੀਤਾ, ਅਤੇ 12ਵੇਂ ਮਹੀਨੇ ਮੈਨੂੰ ਬਹੁਤ, ਮੈਂ 2-3 ਮਹੀਨੇ ਮੈਨੂੰ ਤੰਗ ਪਰੇਸ਼ਾਨ ਕਰਦੇ ਰਹੇ। ਫਿਰ 12ਵੇਂ ਮਹੀਨੇ ਮੈਨੂੰ ਇੱਦਾਂ ਉਹਨਾਂ ਨੇ ਮਾਰਿਆ ਕੁੱਟਿਆ, ਪੇਟ 'ਚ ਬਹੁਤ ਜ਼ਿਆਦਾ ਲੱਤਾਂ ਮਾਰੀਆਂ, ਜਿਸ ਨਾਲ ਮੇਰੀ ਮਿਸਕੈਰੇਜ ਹੋ ਗਈ। ਅਤੇ ਹੁਣ ਮੈਂ ਚਾਹੁੰਦੀ ਹਾਂ ਕਿ ਮੈਨੂੰ ਇਨਸਾਫ ਮਿਲੇ, ਮੇਰੀ ਗਵਾਹੀ ਫਿਰ ਤੋਂ ਹੋਵੇ, ਜੋ ਇੱਥੇ ਅੰਮ੍ਰਿਤਸਰ ਸੁਲਤਾਨਵੀਂ ਰੋਡ 'ਤੇ ਜੋ FIR ਦਰਜ ਆ ਉਹਦੀ ਗਵਾਹੀ ਵੀ ਹੋਵੇ, ਅਤੇ ਮੇਰੀ ਜੋ ਅੰਮ੍ਰਿਤਸਰ ਤਰਨ ਤਾਰਨ ਜੋ ਕੇਸ ਦਰਜ ਆ ਉਹਦੇ ਨਾਲ ਵੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਹੋ, ਗ੍ਰਿਫਤਾਰੀ ਕੀਤੀਆਂ ਜਾਣ ਸਾਰੀਆਂ। ਅਤੇ ਜੋ ਪ੍ਰਤਾਪ ਸਿੰਘ ਨੇ ਪੈਸੇ ਲਿੱਤੇ 6 ਲੱਖ ਰੁਪਇਆ ਅਤੇ ਗਹਿਣਾ ਲਿੱਤਾ, ਉਹ ਹਜੇ ਤੱਕ ਸਾਨੂੰ ਬਰਾਮਦੀ ਨਹੀਂ ਹੋਈ, ਉਹ ਵੀ ਹੋ ਜਾਏ। ਉੱਥੇ ਇਸ ਮਾਮਲੇ ਬਾਰੇ ਜਦੋਂ ਗੁਆਂਢ ਵਿੱਚ ਰਹਿਣ ਵਾਲੇ ਪ੍ਰਤਾਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਉੱਤੇ ਲੱਗੇ ਸਾਰੇ ਆਰੋਪਾਂ ਨੂੰ ਨਕਾਰ ਦਿੱਤਾ। ਮੇਰਾ ਨਾਮ ਪ੍ਰਤਾਪ ਸਿੰਘ ਪੱਖਿਆਲਾ ਜੀ। ਇਹ ਜਿਹੜੇ ਇਲਜ਼ਾਮ ਲਾ ਰਹੇ ਕਿਹੜੀ ਫੈਮਿਲੀ ਹੈ ਜੀ? ਇਹ ਬਿਲਕੁਲ ਝੂਠੇ ਇਲਜ਼ਾਮ ਰਹੇ। ਬਲਿੰਦਰ ਸਿੰਘ ਬਿੱਲਾ ਅਤੇ ਉਹਦੀ ਪਤਨੀ ਹੈ ਜੀ ਨੀਲਮ ਕੌਰ ਜੀ। ਕਿਹੜੇ ਇਲਜ਼ਾਮ ਲਾ ਰਹੇ ਨੇ? ਇਲਜ਼ਾਮ ਆ ਤਾਜ਼ਾ ਹੁਣ ਲਾਇਆ ਜੀ, ਮਤਲਬ ਜਿਹੜਾ ਵੀ ਇਹ ਲੜਕੀ ਨੂੰ ਕਹਿੰਦੇ ਵੀ ਇਹ ਜਾ ਕੇ ਘਰ ਜਾ ਕੇ ਭੜਕਾਉਂਦੇ ਆ, ਸਰਾਸਰ ਝੂਠ ਆ ਜੀ। ਬੇਸ਼ੱਕ ਸਾਡੀ ਮੋਬਾਇਲ ਲੋਕੇਸ਼ਨ ਕਢਾ ਲਓ ਜੇ ਮੈਂ ਉਹ ਇਲਾਕੇ 'ਚ ਗਿਆ ਵੀ ਹੋਵਾਂ ਜੀ। ਹਾਂ ਇਹ ਠੀਕ ਆ ਵੀ 3-5 ਨੂੰ ਇਹਨਾਂ 'ਤੇ ਨਾਬਾਲਗ ਲੜਕੀ ਦਾ ਇਹਨਾਂ ਨੇ ਕਿ ਮਤਲਬ ਵਿਆਹ ਕੀਤਾ ਸੀਗਾ, ਅਤੇ ਉਹ ਕੁਦਰਤੀ ਮਤਲਬ ਕੇਸ ਜਿਹੜਾ ਨੂੰ ਉੱਥੇ ਲਗਾਈ ਸ੍ਰੀ ਥਾਣੇ 'ਚ। ਇਹਨਾਂ ਦਾ ਜਵਾਬ ਦਿੱਤਾ ਮੇਰੀ ਬੇਟੀ ਨੇ? ਨਹੀਂ, ਕੋਈ ਇਹ ਸਾਰਾ ਝੂਠ ਮਾਰਦੇ। ਜਿਹੜਾ ਪਹਿਲਾ ਪਰਚਾ ਇਹਨਾਂ ਦਰਜ ਕਰਾਇਆ ਸਾਡੇ 'ਤੇ ਉਹਦੀ ਵੀ ਇਨਕੁਆਇਰੀ ਹੋ ਗਈ ਆ, ਉਹ 'ਚੋਂ ਵੀ ਅਸੀਂ ਸਾਫ਼ ਅਤੇ ਪਾਕ ਮਤਲਬ -0 ਮਤਲਬ ਅਸੀਂ ਮਤਲਬ ਸਾਰੇ ਵੀ ਸਾਡਾ ਰੱਦ ਹੋ ਗਿਆ ਜੀ ਪਰਚਾ। ਸਾਰਾ ਕੁਝ ਝੂਠ ਹੈ ਜੀ, ਟੋਟਲੀ ਝੂਠ ਮਾਰਦੇ ਜੀ। ਉਹਨਾਂ ਨੇ ਦੱਸਿਆ ਵੀ ਥਾਣੇ ਵਾਲਿਆਂ ਨੂੰ ਜਿੱਦਾਂ ਉਹ ਜਮ੍ਹਾਂ ਕਰਾ ਗਈ ਆ, ਜੋ ਕੁਛ ਖੜੇ ਹੋਣੇ 15,000 ਰੁਪਏ ਉਹ ਲਿਖਤ ਥਾਣੇ ਪਈ ਹੈ ਜੀ। 6 ਲੱਖ ਉਹ ਬਿਲਕੁਲ ਸਾਨੂੰ ਨਹੀਂ ਪਤਾ ਜੀ, ਸਾਨੂੰ ਤਾਂ ਮਿਲੀ ਵੀ ਨਹੀਂ ਹੈ ਜੀ। ਹਾਂ ਰਿਲੇਸ਼ਨ ਪਹਿਲਾਂ ਹੀ ਮਤਲਬ ਹੋਣਗੇ, ਇਹਦੇ ਬਾਰੇ ਮੈਨੂੰ ਨਹੀਂ ਜ਼ਿਆਦਾ ਪਤਾ ਜੀ। ਮਤਲਬ ਇਹ ਅਤੇ ਮਤਲਬ ਬਿੱਲੇ ਨੇ ਇਲਜ਼ਾਮ ਲਾਏ ਸੀਗੇ, ਅਤੇ ਮੈਂ ਤੂੰ ਆਪਣੀ ਬੇਟੀ ਨੂੰ ਸਮਝਾ। ਉਹਦੀ ਬੇਟੀ ਵਾਰ ਵਾਰ ਫੋਨ ਕਰਦੀ ਸੀ ਵੀ ਮੈਂ ਬੇਟੇ ਦੀ ਸਿਮ ਲੈ ਲਈ ਸੀਗੀ, ਉਸ ਤੋਂ ਪਤਾ ਲੱਗਾ ਵੀ ਉਹ ਫੋਨ ਕਰਦੀ ਆ, ਅਤੇ ਮੈਂ ਫਿਰ ਜਾ ਕੇ ਬਿੱਲੇ ਨੂੰ ਸਵੇਰੇ ਜਾ ਕੇ ਕਿਹਾ ਮੈਂ ਤੇਰੀ ਬੇਟੀ ਰਾਤੀ 1:30 ਵਜੇ ਫੋਨ ਕਰਦੀ ਹੈ, ਅਤੇ ਕਹਿੰਦਾ ਜੀ ਕਰਦਾ ਪਿਆ ਗਾੜੀ ਨੂੰ। ਨਹੀਂ ਸਾਡਾ ਇਹ ਭਾਜੀ ਸਾਡੀ ਧੀ ਅਰਗੀ ਹੈ, ਮੈਂ ਕਿਉਂ ਕਹੂੰਗਾ ਇੰਨੀ ਗੱਲ। ਆਪਣੇ ਘਰ ਮਾਰੇ ਕਿਰਪਾ ਕਰੇ ਸੁੱਖੀ ਵਸੇ, ਸਾਨੂੰ ਉਹ ਪਰਿਵਾਰ ਨਾਲ ਸਾਡੇ ਨਾਲ ਕੋਈ ਲਿੰਕ ਨਹੀਂ ਹੈ, ਨਾ ਹੀ ਉਹਨਾਂ ਨੂੰ ਜਾਣਦੇ ਹਾਂ ਤਰਨ ਤਾਰਨ ਵਾਲਿਆਂ ਨੂੰ। ਬੇਬੁਨਿਆਦ ਸਾਰੇ ਇਲਜ਼ਾਮ ਇਹਨਾਂ ਦੇ ਝੂਠੇ ਆ। ਮੰਗ ਤਾਂ ਇਨਸਾਫ਼ ਦੀ ਕਰਦੇ ਹਾਂ ਵੀ ਮਤਲਬ ਕੋਈ ਵੀ ਇਹਦੀਆਂ ਗੱਲਾਂ ਸੁਣ ਕੇ ਨਾ ਪਰਚਾ ਕਰ ਲਿਆ ਕਰਨਾ, ਇਹ ਮਤਲਬ ਤਕਰੀਬਨ ਹਰ ਮਤਲਬ ਹਰ ਵਾਰੀ ਇਹ ਝੂਠ ਹੀ ਮਾਰਦਾ ਜੀ। ਦੇਖਿਆ ਜਾਵੇ ਤਾਂ ਵਿਆਹ ਤੋਂ ਬਾਅਦ ਆਪਣਾ ਸਭ ਕੁਝ ਛੱਡ ਕੇ ਆਈ ਕਿਸੇ ਦੀ ਧੀ ਨੂੰ ਇਸ ਤਰੀਕੇ ਨਾਲ ਤੰਗ ਪਰੇਸ਼ਾਨ ਕਰਨਾ ਸਰਾਸਰ ਗਲਤ ਹੈ, ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਇਹਨਾਂ ਮਾਮਲੇ ਤੇ ਸਖਤੀ ਨਾਲ ਕਾਰਵਾਈ ਕਰਨ ਦੀ, ਤਾਂ ਜੋ ਕਿਸੇ ਦੀ ਧੀ ਨਾਲ ਅਜਿਹਾ ਪਾਣਾ ਨਾ ਵਾਪਰੇ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਦੀ ਰਿਪੋਰਟ, ਚੈਨਲ ਪੰਜਾਬ। ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।